ਨਮਸਕਾਰ ਪਿਆਰੇ ਬੱਚੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਪ੍ਰੈਪਰੇਸ਼ਨ ਤੇ। ਜਿਵੇਂ ਕਿ ਪਿਆਰੇ ਬੱਚੋ ਤੁਹਾਨੂੰ ਪਤਾ ਹੈ ਕਿ ਆਪਾਂ 12ਵੀਂ ਜਮਾਤ ਦੀ ਇੰਗਲਿਸ਼ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਤੇ ਦਵਿੰਦਰ ਅਤਰੀ ਅਨੁਮਾਨ ਦੇ ਜਿਹੜੇ ਪੇਪਰ ਆਪਾਂ ਸੋਲਵ ਕਰ ਰਹੇ ਹਾਂ, ਤੇ 29 ਨੰਬਰ ਦਾ ਜਿਹੜਾ ਕੰਮ ਹੈ ਇਹਨਾਂ ਪੇਪਰਾਂ ਦੇ ਵਿੱਚ ਆਪਾਂ ਸੋਲਵ ਕਰ ਰਹੇ ਹਾਂ। ਅੱਜ ਦਾ ਪੇਪਰ ਆਪਾਂ ਸੋਲਵ ਕਰਾਂਗੇ ਪੇਪਰ ਨੰਬਰ 10। ਅੱਜ ਦਾ ਪੇਪਰ ਸੋਲਵ ਕਰਨ ਤੋਂ ਪਹਿਲਾਂ ਇਸ ਵੀਡੀਓ ਦੇ ਲਿੰਕ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਯਾਰ ਦੋਸਤ ਮਿੱਤਰ ਅੱਜ ਦੀ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਚੱਲਦੇ ਹਾਂ ਜੀ ਪੇਪਰ ਨੰਬਰ 10 ਤੇ। ਸਭ ਤੋਂ ਪਹਿਲਾਂ ਹੈ ਜੀ ਆਪਣੇ ਕੋਲ 5ਵੇਂ ਦਾ ਏ ਪਾਰਟ, ਜਿਹਦੇ ਵਿੱਚ ਕਿਹਾ ਗਿਆ ਹੈ ਟ੍ਰਾਂਸਲੇਟ ਐਨੀ ਟੂ ਸੈਂਟੈਂਸਸ ਫਰੋਮ ਇੰਗਲਿਸ਼ ਟੂ ਪੰਜਾਬੀ। ਅੰਗਰੇਜ਼ੀ ਤੋਂ ਆਪਾਂ ਦੋ ਵਾਕਾਂ ਨੂੰ ਚੇਂਜ ਕਰਨਾ ਪੰਜਾਬੀ ਦੇ ਵਿੱਚ। ਦੀ ਚਾਈਲਡ ਵਾਜ਼ ਟ੍ਰਾਇੰਗ ਟੂ ਬੀ ਫੂਲ ਹਿਜ਼ ਫਾਦਰ। ਇਹਦੀ ਪੰਜਾਬੀ ਬਣੇਗੀ, ਬੱਚਾ ਆਪਣੇ ਪਿਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਠੀਕ ਹੈ ਜੀ, ਬੱਚਾ ਆਪਣੇ ਪਿਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਸਰਾ ਹੈ ਆਈ ਹੈਵ ਨੋਟ ਟ੍ਰਾਈ ਟੂ ਕਨਵੀਨਸ ਹਰ। ਮੈਂ ਉਸਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਠੀਕ ਹੈ ਜੀ, ਕੀ ਬਣ ਜਾਏਗਾ? ਮੈਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂਜੀ, ਥਰਡ ਵਨ ਹੈ ਆਪਣੇ ਕੋਲ, ਤੀਸਰਾ ਸੈਂਟੈਂਸ ਹੈ ਡੋਂਟ ਕਿਲ ਐਨੀਮਲਸ, ਜਾਨਵਰਾਂ ਨੂੰ ਨਾ ਮਾਰੋ। ਹਾਂਜੀ, ਨੈਕਸਟ ਹੈ ਜੀ ਆਪਣੇ ਕੋਲ 5ਵੇਂ ਦਾ ਬੀ ਪਾਰਟ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਹੈ ਅਧਿਆਪਕ ਨੇ ਟੈਸਟ ਨਹੀਂ ਲਿਆ। ਦੀ ਟੀਚਰ ਡਿਡ ਨਾਟ ਗਿਵ ਦੀ ਟੈਸਟ। ਹਾਂਜੀ, ਇਹਦਾ ਇਹ ਸੀ ਫਸਟ ਸੈਂਕਲ ਤੇ ਚੱਲਦੇ ਹਾਂ। ਉਹਦੇ ਵਿੱਚ ਕਿਹਾ ਗਿਆ ਮੈਨੂੰ ਇਹ ਕਿਤਾਬ ਚਾਹੀਦੀ ਹੈ, ਪ੍ਰੈਜੈਂਟ ਇੰਡੈਫੀਨਿਟ ਦਾ ਸੈਂਟੈਂਸ ਹੈ, ਫਸਟ ਵਰਬ ਦੇ ਨਾਲ ਬਣੇਗਾ। ਆਈ ਵਾਂਟ ਦਿਸ ਬੁੱਕ। ਥਰਡ ਵਨ ਦੇ ਵਿੱਚ ਕਿਹਾ ਗਿਆ ਹੈ ਸਮੇਂ ਦਾ ਸਹੀ ਇਸਤੇਮਾਲ ਕਰੋ, ਯੂਜ਼ ਟਾਈਮ ਪ੍ਰੋਪਰਲੀ, ਯੂਜ਼ ਟਾਈਮ ਪ੍ਰੋਪਰਲੀ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਇਹ ਟ੍ਰਾਂਸਲੇਟ ਹੋਏਗੀ। ਨੈਕਸਟ ਚੱਲਦੇ ਹਾਂ ਜੀ ਆਪਾਂ 6ਵੇਂ ਪਾਠ ਤੇ। 6ਵੇਂ ਪਾਠ ਦੇ ਵਿੱਚ ਕਿਹਾ ਗਿਆ ਹੈ ਡੂ ਐਜ਼ ਡਾਇਰੈਕਟਡ। ਹਾਂਜੀ, ਇਹ ਭਾਗ ਦੇ ਵਿੱਚ ਕਿਹਾ ਗਿਆ ਹੈ ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਡਿਟਰਮੀਨਰ ਫਿਲ ਕਰਨਾ ਆਪਾਂ। ਸਭ ਤੋਂ ਪਹਿਲਾਂ ਹੈ ਆਪਣੇ ਕੋਲ ਹੀ ਕੈਨ ਰਾਈਟ ਵਿਦ ਡੈਸ਼ ਹੈਂਡ। ਠੀਕ ਹੈ ਜੀ, ਹੀ ਕੈਨ ਰਾਈਟ ਵਿਦ ਆਈਦਰ ਹੈਂਡ। ਠੀਕ ਹੈ, ਉਹ ਦੋਨੋਂ ਹੱਥੀ ਯਾਨੀ ਕਿ ਕਿਸੇ ਵੀ ਹੱਥ ਦੇ ਨਾਲ ਉਹ ਲਿਖ ਸਕਦਾ ਹੈ। ਹਾਂਜੀ, ਨੈਕਸਟ ਹੈ ਜੀ ਆਪਣੇ ਕੋਲ ਦੂਸਰਾ। ਇਹਦੇ ਵਿੱਚ ਕਿਹਾ ਗਿਆ ਆਈ ਹੈਵ ਟੂ ਟੇਕ ਡੈਸ਼ ਰਿਸਪੋਂਸੀਬਿਲਟੀ। ਠੀਕ ਹੈ ਜੀ, ਆਈ ਹੈਵ ਟੂ ਟੇਕ ਦੀ ਰਿਸਪੋਂਸੀਬਿਲਟੀ, ਇਹਦੇ ਵਿੱਚ ਦਾ ਆਏਗਾ। ਹਾਂਜੀ, ਥਰਡ ਹੈ ਜੀ ਆਪਣੇ ਕੋਲ, ਤੀਸਰਾ ਹੈ ਡੈਸ਼ ਪਲੇਅਰ ਵਾਜ਼ ਗਿਵਨ ਆ ਮੈਡਲ। ਠੀਕ ਹੈ, ਦੱਸਣਾ ਵੀ ਕਿਹਨੂੰ ਮੈਡਲ ਦਿੱਤੇ ਗਏ, ਈਚ ਪਲੇਅਰ, ਹਰੇਕ ਪਲੇਅਰ ਨੂੰ ਮੈਡਲ ਦਿੱਤੇ ਗਏ, ਇਹਦੇ ਵਿੱਚ ਈਚ ਆਏਗਾ। ਹਾਂਜੀ, 6ਵੇਂ ਦਾ ਜਿਹੜਾ ਬੀ ਪਾਰਟ ਉਹਦੇ ਚੱਲਦੇ ਹਾਂ ਜੀ। ਇਹਦੇ ਵਿੱਚ ਕਿਹਾ ਗਿਆ ਫਿਲ ਇਨ ਦੀ ਬਲੈਂਕਸ ਵਿਦ ਵਨ ਆਫ ਦੀਜ਼ ਇਨਫਿਨਿਟਿਵ ਜੇਰੈਂਡ ਪਾਰਟੀਸੀਪਲ। ਹਾਂਜੀ, ਇਹਦੇ ਵਿੱਚ ਆਪਾਂ ਨੂੰ ਇਨਫਿਨਿਟਿਵ, ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਨਫਿਨਿਟਿਵ ਦੀ ਗੱਲ ਕਰ ਲਈਏ, ਇਹਦੇ ਵਿੱਚ ਜਾਂ ਤਾਂ ਆਪਾਂ ਟੂ ਪਲੱਸ ਪਹਿਲੀ ਫਾਰਮ ਭਰਨੀ ਹੁੰਦੀ ਹੈ ਜਾਂ ਪਹਿਲੀ ਫਾਰਮ ਭਰਨੀ ਹੁੰਦੀ ਹੈ। ਜੇਰੈਂਡ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਪਹਿਲੀ ਵਰਬ ਦੇ ਨਾਲ ਆਈ ਐਨ ਜੀ ਲੱਗਦਾ ਹੁੰਦਾ। ਪਾਰਟੀਸੀਪਲ ਦੀ ਗੱਲ ਕਰ ਲਈਏ ਤਾਂ ਪਾਰਟੀਸੀਪਲ ਦੇ ਵਿੱਚ ਪ੍ਰੈਜੈਂਟ ਪਾਰਟੀਸੀਪਲ ਦੇ ਵਿੱਚ ਪਹਿਲੀ ਫਾਰਮ ਲੱਗਦੀ ਹੁੰਦੀ ਹੈ, ਉਹਦੇ ਨਾਲ ਆਈ ਐਨ ਜੀ ਲੱਗਦਾ। ਅਤੇ ਜਿਹੜਾ ਪਾਸਟ ਪਾਰਟੀਸੀਪਲ ਦੇ ਵਿੱਚ ਥਰਡ ਵਰਬ ਲੱਗਦੀ ਹੈ, ਅਤੇ ਪਾਸਟ ਪਰਫੈਕਟ ਪਾਰਟੀਸੀਪਲ ਦੇ ਵਿੱਚ ਹੈਵ ਹੈਵਿੰਗ ਪਲੱਸ ਥਰਡ ਫਾਰਮ ਲੱਗਦੀ ਹੈ ਜਾਂ ਬੀਇੰਗ ਪਲੱਸ ਥਰਡ ਫਾਰਮ ਲੱਗਦੀ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਯੂਜ਼ ਕਰਨਾ। ਠੀਕ ਹੈ, ਇਹਨਾਂ ਵਿੱਚ ਦੱਸਣਾ ਵੀ ਕੀ ਫਿਲਾਏਗਾ। ਸਭ ਤੋਂ ਪਹਿਲੀ ਬਲੈਂਕਸ ਆਪਣੇ ਕੋਲ ਹੈ ਹੀ ਟੋਲਡ ਮੀ ਡੈਸ਼ ਗੋ, ਉਸਨੇ ਮੈਨੂੰ ਜਾਣ ਲਈ ਕਿਹਾ। ਟੂ ਗੋ ਆਏਗਾ ਬੇਟਾ, ਇੱਥੇ ਕੀ ਆਏਗਾ? ਟੂ ਗੋ। ਠੀਕ ਹੈ, ਆ ਚੀਜ਼ ਭਰੇ ਜਾਏਗੀ ਇਨਫਿਨਿਟਿਵ। ਦੂਸਰੀ ਖਾਲੀ ਦਾਂ ਦੀ ਗੱਲ ਕਰਦੇ ਆਪਾਂ, ਵੀ ਡਿਸਾਈਡਡ ਡੈਸ਼ ਫਾਰ ਹਰ। ਠੀਕ ਹੈ ਜੀ,
ਇਹਦੇ ਵਿੱਚ ਵੀ 2 ਪਲੱਸ ਪਹਿਲੀ ਫਾਰਮ ਆਏਗੀ 2 ਵੇਟ। ਠੀਕ ਹੈ, ਅਸੀਂ ਉਸ ਦਾ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ। ਨੈਕਸਟ ਚੱਲਦੇ ਹਾਂ ਜੀ ਆਪਾਂ ਸੀ ਪਾਰਟ ਤੇ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਹੈ ਆਪਾਂ ਨੂੰ, ਹੀ ਹੋਪ ਟੂ ਪਾਸ ਦੀ ਟੈਸਟ ਚੇਂਜ ਇਨ ਟੂ ਅ ਕੰਪਲੈਕਸ ਸੈਂਟੈਂਸ, ਕੰਪਲੈਕਸ ਬਣਾਉਣਾ ਹੈ। ਹਾਂਜੀ, ਇਹਦਾ ਆਂਸਰ ਬਣ ਜਾਏਗਾ ਹੀ ਹੋਪਡ, ਉਸਨੂੰ ਉਮੀਦ ਹੈ। ਕਾਹਦੀ ਉਮੀਦ ਹੈ? ਦੈਟ ਹੀ ਵੁੱਡ। ਠੀਕ ਹੈ, ਦੂਜੀ ਫਾਰਮ ਹੈ ਇਸ ਕਰਕੇ ਵੁੱਡ ਆਏਗਾ, ਜੇ ਫਸਟ ਹੁੰਦੀ ਤਾਂ ਵੈਲ ਆਉਣਾ ਸੀ ਇੱਥੇ। ਠੀਕ ਹੈ, ਹੀ ਵੁੱਡ ਪਾਸ ਦੀ ਟੈਸਟ, ਪਾਸ ਦੀ ਟੈਸਟ। ਨੈਕਸਟ ਹੈ ਜੀ ਆਪਣੇ ਕੋਲ, ਇਹਦਾ ਪਹਿਲੀ ਸੀ, ਦੂਸਰਾ ਹੈ ਆਪਣੇ ਕੋਲ ਸੀ ਭਾਗ ਦਾ, ਸ਼ੀ ਇਜ਼ ਸੋ ਓਲਡ ਡੈਟ ਸ਼ੀ ਕਾਂਟ ਵਾਕ। ਹਾਂਜੀ, ਇਹਦੇ ਵਿੱਚ ਆਪਾਂ ਇਹਨੂੰ CO2 ਨਾਲ ਇਹਨੂੰ ਸੈਂਟੈਂਸ ਬਣਾਉਣਾ ਹੈ। ਇਹਦਾ ਆਂਸਰ ਕੀ ਬਣ ਜਾਏਗਾ? ਸ਼ੀ ਇਜ਼, ਸੋ ਕੈਂਸਲ ਕਰਾਂਗੇ TO2, ਠੀਕ ਹੈ ਜੀ, ਓਲਡ, ਡੈਟ ਵੀ ਕੈਂਸਲ ਕਰਾਂਗੇ ਅਤੇ ਨੋਟ ਤੱਕ ਕੈਂਸਲ ਕਰ ਦਿਆਂਗੇ, 2 ਆ ਜਾਏਗਾ ਵਾਕ। ਠੀਕ ਹੈ ਜੀ, ਧਿਆਨ ਦਿਓ, ਸੋ ਹਟਾ ਕੇ ਇਹਦੀ ਜਗ੍ਹਾ 'ਤੇ TO2 ਲੱਗਣਾ, ਡੈਟ ਤੋਂ ਨੋਟ ਤੱਕ ਆਪਾਂ ਕੈਂਸਲ ਕਰਕੇ ਇਹਦੀ ਜਗ੍ਹਾ 'ਤੇ TO2 ਲਗਾਉਣਾ। ਇਸ ਤਰੀਕੇ ਦੇ ਨਾਲ ਇਹਦਾ ਆਂਸਰ ਬਣੇਗਾ। ਨੈਕਸਟ ਹੈ ਜੀ ਆਪਣੇ ਕੋਲ ਡੀ ਪਾਰਟ। ਡੀ ਪਾਰਟ ਦੇ ਵਿੱਚ ਕਿਹਾ ਗਿਆ ਹੈ ਚੇਂਜ ਦੀ ਵਾਈਸ ਵਾਈਸ ਬਣਾਉਣਾ। ਹਾਂਜੀ, ਪਹਿਲੀ ਫਾਰਮ ਦਿੱਤੀ ਹੋਈ ਹੈ ਨੋਜ਼, ਤਾਂ ਇਜ਼ MR ਵਿੱਚੋਂ ਇੱਕ ਲੱਗੇਗਾ, ਨਾਲ ਥਰਡ ਫਾਰਮ ਲੱਗੇਗੀ, ਨਾਲ ਬਾਈ ਲੱਗੇਗਾ, ਪਰ ਇਹਦੇ 9 ਦੇ ਨਾਲ 2 ਲੱਗਦਾ ਹੁੰਦਾ, ਨੋਨ 2 ਹੁੰਦਾ। ਇਹਦਾ ਆਂਸਰ ਦੇਖਦੇ ਹਾਂ ਕੀ ਬਣੇਗਾ। ਹਾਂਜੀ, ਆਈ ਦੇ ਨਾਲ ਇਜ਼ MR ਦੇ ਵਿੱਚੋਂ M ਆ ਜਾਏਗਾ, ਉਸ ਤੋਂ ਬਾਅਦ ਥਰਡ ਫਾਰਮ ਨੋਨ ਆ ਜਾਏਗੀ, ਉਹਦੇ ਨਾਲ ਲੱਗੇਗਾ 2, ਅਤੇ ਹੀ ਤੋਂ ਬਣ ਜਾਏਗਾ ਹੈਮ। ਠੀਕ ਹੈ, ਹਾਂਜੀ, ਦੂਸਰਾ ਹੈ ਇਹ ਆਪਣੇ ਕੋਲ ਪਹਿਲਾ ਸੀਗਾ, ਦੂਸਰੇ 'ਤੇ ਚੱਲਦੇ ਹਾਂ। ਦੂਸਰੇ ਦੇ ਵਿੱਚ ਕਿਹਾ ਗਿਆ ਹੈ ਵਾਈ ਡੂ ਯੂ ਲਾਈਕ ਹਰ। ਹਾਂਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਡੂ ਜਾਂ ਡਜ਼। ਠੀਕ ਹੈ ਜੀ, ਇਹਨੂੰ ਕੈਂਸਲ ਕਰਕੇ ਦੀ ਜਗ੍ਹਾ 'ਤੇ ਇਜ਼ MR ਲਗਾਉਣਾ ਹੁੰਦਾ, ਅਤੇ ਫਿਰ ਸਬਜੈਕਟ ਲੱਗੇਗਾ, ਫਿਰ ਥਰਡ ਫਾਰਮ ਲੱਗੇਗੀ, ਫਿਰ ਬਾਈ ਲੱਗੇਗਾ। ਹਾਂਜੀ, ਦੇਖਦੇ ਹਾਂ ਕੀ ਆਂਸਰ ਬਣਦਾ ਇਹਦਾ। ਵਾਈ ਐਜ਼ ਇਟ ਇਜ਼ ਹੀ ਆ ਜਾਏਗਾ, ਡੂ ਅਤੇ ਡਜ਼ ਦੀ ਜਗ੍ਹਾ 'ਤੇ ਇਹਨਾਂ ਵਿੱਚ ਇੱਕ ਲਗਾਵਾਂਗੇ ਆਪਾਂ। ਹਾਂਜੀ, ਹਰ ਹੈ, ਹਰ ਤੋਂ ਸ਼ੀ ਬਣੇਗਾ, ਇਸ ਕਰਕੇ ਇੱਥੇ ਆ ਜਾਏਗਾ ਇਜ਼, ਹਰ ਤੋਂ ਬਣ ਜਾਏਗਾ ਸ਼ੀ। ਠੀਕ ਹੈ ਜੀ, ਆਹ ਖਾਲੀ ਥਾਂ ਪਰ ਫਿਲ ਹੋ ਗਈ ਸ਼ੀ ਇੱਥੇ। ਥਰਡ ਫਾਰਮ ਲੱਗੇਗੀ ਲਾਈਕ ਤੋਂ ਲਾਈਕਡ, ਨਾਲ ਲੱਗੇਗਾ ਬਾਏ, ਅਤੇ ਜੂਨ ਤੋਂ ਚੇਂਜ ਕਰਾਂਗੇ ਤਾਂ ਯੂ ਦਾ ਯੂ ਰਹੇ। ਠੀਕ ਨਾ ਬਣੇਗਾ। ਥਰਡ ਆ ਜੀ ਆਪਣੇ ਕੋਲ। ਹਾਂਜੀ, ਇਹਦੇ ਵਿੱਚ ਕਿਹਾ ਗਿਆ ਹੈ ਆਪਾਂ ਨੂੰ ਵੀ ਟੋਟ ਦੇਮ ਫ੍ਰੈਂਚ। ਹਾਂਜੀ, ਦੂਜੀ ਫਾਰਮ ਦਾ ਸੈਂਟੈਂਸ ਹੈ, ਵਾਜ਼ ਦੇ ਵਰ ਵਿੱਚੋਂ ਇੱਕ ਲੱਗੇਗਾ, ਅਤੇ ਨਾਲ ਲੱਗੇਗੀ ਥਰਡ ਫਾਰਮ, ਅਤੇ ਨਾਲ ਲੱਗੇਗੀ ਬਾਏ। ਇਹਦਾ ਆਂਸਰ ਦੇਖਦੇ ਹਾਂ। ਹਾਂਜੀ, ਇਹਦਾ ਆਂਸਰ ਦੇਖਦੇ ਹਾਂ ਕੀ ਬਣਦਾ। ਹਾਂਜੀ, ਆਂਸਰ ਦੇ ਵਿੱਚ ਬਣੇਗਾ ਫ੍ਰੈਂਚ। ਹਾਂਜੀ, ਫ੍ਰੈਂਚ ਦੇ ਨਾਲ ਲੱਗੇਗਾ ਵਾਜ਼, ਟੋਟ ਟੂ ਦੈਮ ਬਾਏ। ਹਾਂਜੀ, ਵੀ ਤੋਂ ਬਣ ਜਾਏਗਾ ਅਸ। ਠੀਕ ਹੈ, ਇੱਕ ਇਹਦਾ ਹੋਰ ਬਣੇਗਾ, ਉਹ ਵੀ ਦੇਖ ਲਓ। ਹਾਂਜੀ, ਦੇਮ ਤੋਂ ਕੀ ਬਣ ਜਾਏਗਾ? ਦੇ, ਦੇ ਨਾਲ ਕੀ ਲੱਗੇਗਾ? ਇਹਦੇ ਵਿੱਚੋਂ ਵਾਜ਼ਵਰ ਦੇ ਵਿੱਚੋਂ ਵਾਰ, ਥਰਡ ਫਾਰਮ ਲੱਗ ਜਾਏਗੀ ਟੋਟ। ਠੀਕ ਹੈ, ਟੋਟ ਦੈਮ ਬਾਏ ਅਸ। ਠੀਕ ਹੈ, ਇਸ ਤਰੀਕੇ ਦੇ ਨਾਲ ਇਹ ਆਂਸਰ ਬਣਨਗੇ। ਨੈਕਸਟ ਚੱਲਦੇ ਹਾਂ ਜੀ ਆਪਣੇ ਕੋਲ ਪਾਰਟ ਨੰਬਰ ਈ ਤੇ। ਪਾਰਟ ਨੰਬਰ ਈ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਚੇਂਜ ਦੀ ਨਰੇਸ਼ਨ ਐਨੀਵਨ, ਨਰੇਸ਼ਨ ਚੇਂਜ ਕਰਨੇ ਹੈ। ਹੀ ਸੈਡ ਟੂ ਮੀ ਐਂਡ ਵਾਟ ਕਮ ਸਟਾਰਟ, ਆਈ ਗੋ ਫੋਰ ਅ ਵਾਕ ਡੇਲੀ। ਹਾਂਜੀ, ਇਹ ਹੈਪਚੁਅਲ ਹੈ। ਠੀਕ ਹੈ, ਹੈਪਚੁਅਲ ਵਾਕ ਦੇ ਵਿੱਚ ਕੀ ਹੁੰਦਾ, ਸੈਡ ਟੂ ਨੂੰ ਕੱਟ ਕੇ ਆਪਾਂ ਟੋਟਲ ਲਗਾਉਣਾ ਹੁੰਦਾ, ਕੌਮੇ ਕਾਮੇ ਹਟਾ ਕੇ ਆਪਾਂ ਡੈਟ ਲਗਾਉਣਾ। ਠੀਕ ਹੈ, ਕਲੀਅਰ ਹੋ ਗਿਆ। ਪਰਸਨ ਚੇਂਜ ਕਰਨੇ, ਇਕੱਲੇ ਕੀ ਚੇਂਜ ਕਰਨੇ? ਪਰਸਨ। ਇਹਦਾ ਆਂਸਰ ਦੇਖਦੇ ਹਾਂ ਪਹਿਲੇ ਦਾ ਕੀ ਬਣੇਗਾ। ਕੀ ਸੈਟ ਟੂ ਦੀ ਜਗ੍ਹਾ 'ਤੇ ਕੀ ਆ ਜਾਏਗਾ? ਟੋਲਡ, ਹੀ ਟੋਲਡ ਮੀ, ਕੌਮੇ ਕਾਮੇ ਹਟਾ ਕੇ ਕੀ ਆ ਜਾਏਗਾ? ਡੈਟ ਆ ਜਾਏਗਾ। ਕਲੀਅਰ ਹੋ ਗਿਆ। ਆਈ ਪਰਸਨ ਪਹਿਲਾਂ ਹੈ, ਪਹਿਲੇ ਨੂੰ ਆਪਾਂ ਇਹਦੇ ਅਨੁਸਾਰ ਚੇਂਜ ਕਰਾਂਗੇ, ਹੀ ਆ ਜਾਏਗਾ। ਹੀ ਦੇ ਨਾਲ ਲੱਗ ਜਾਏਗਾ ਗੋਲਸ ਫੋਰ ਅ ਵਾਕ ਡੇਲੀ। ਹਾਂਜੀ, ਦੂਸਰਾ ਪਾਰਟ ਦੇਖਦੇ ਹਾਂ ਜੀ ਇਹਦਾ ਨਰੇਸ਼ਨ ਦਾ। ਮਾਈ ਮਦਰ ਸੈਡ ਇਨ ਟੂ ਕਮ ਸਟਾਰਟ, ਦੀ ਫੂਡ ਇਜ਼ ਰੈਡੀ। ਹਾਂਜੀ, ਕੀ ਬਣ ਜਾਏਗਾ? ਮਾਈ ਮਦਰ ਸੈਡ, ਇਨਵਰਟਰ ਕੋਮੇ ਹਟਾ ਕੇ ਕਹਾਂਗੇ ਡੈਟ। ਠੀਕ ਹੈ, ਦਾ ਫੂਡ ਵਾਜ ਰੈਡ, ਇਸ ਤੋਂ ਵਾਜ ਬਣ ਜਾਏਗਾ ਰੈਡ। ਇਸ ਤਰੀਕੇ ਨਾਲ ਇਹ ਸੈਂਟੈਂਸ ਬਣੇਗਾ। ਨੈਕਸਟ ਚੱਲਦੇ ਹਾਂ ਜੀ ਆਪਾਂ ਸੈਵਨਥ ਪਾਰਟ 'ਤੇ। ਠੀਕ ਹੈ ਜੀ, ਇਹਦਾ ਇਹ ਭਾਗ ਹੈ।
ਇਹਦੇ ਵਿੱਚ ਆਪਣਾ ਪਹਿਲਾ ਸਵਾਲ ਪੁੱਛਿਆ ਗਿਆ ਹੈ ਫਲਿਪ ਵਾਜ਼ ਆ ਚਾਇਲਡ ਵੈਨ ਫਲਿਪ ਵਾਜ਼ ਆ ਚਾਇਲਡ ਹੀ ਡਿਡ ਵਟ ਡਿਡ ਹੀ ਵਾਂਟ ਟੂ ਬਿਕਮ ਕੀ ਬਣਨਾ ਚਾਹੁੰਦਾ ਸੀ ਜਦੋਂ ਬੱਚਾ ਸੀਗਾ ਇਹਦਾ ਉੱਤਰ ਬਣ ਜਾਏਗਾ ਆਪਸ਼ਨ ਨੰਬਰ ਸੀ ਆਮ ਜੀਸ਼ੀਅਨ ਠੀਕ ਹੈ ਇੱਕ ਸੰਗੀਤਕਾਰ ਬਣਨਾ ਚਾਹੁੰਦਾ ਸੀ ਹਾਂਜੀ ਦੂਸਰਾ ਹੈ ਆਪਣੇ ਕੋਲ ਪੁੱਛਿਆ ਗਿਆ ਹੈ ਵਾਈ ਡਿਡ ਹਸਨ ਪੇਰੈਂਟਸ ਕਾਲ ਟੂ ਸਕੂਲ ਠੀਕ ਹੈ ਹਸਨ ਦੇ ਪੇਰੈਂਟਸ ਨੂੰ ਸਕੂਲ ਕਿਉਂ ਬੁਲਾਇਆ ਗਿਆ ਹਾਂਜੀ ਇਹਦਾ ਉੱਤਰ ਬਣੇਗਾ ਬਿਕੋਜ਼ ਹਸਨ ਵਾਜ਼ ਨਾਟ ਆਰ ਰੈਗੂਲਰ ਸਟੂਡੈਂਟ ਕਿਉਂਕਿ ਹਸਨ ਇੱਕ ਕੀ ਸੀਗਾ ਰੈਗੂਲਰ ਸਟੂਡੈਂਟ ਨਹੀਂ ਸੀਗਾ ਹਾਂਜੀ ਥਰਡ ਐਨ ਮੈਂਸਫੀਲਡ ਸੁਲੀਵਨ ਵਾਜ਼ ਦੀ ਟੀਚਰ ਆਫ ਹਾਂਜੀ ਦੱਸਣਾ ਕਿਹਦੀ ਟੀਚਰ ਸੀ ਹੈਲਨ ਕੇਲਰ ਦੀ ਠੀਕ ਹੈ ਇਹਦਾ ਉੱਤਰ ਆ ਜਾਏਗਾ ਹੈਲਨ ਕੇਲਰ ਹਾਂਜੀ ਨੈਕਸਟ ਹੈ ਜੀ ਫੋਰਥ ਹਾਂਜੀ ਇਹਦੇ ਵਿੱਚ ਕਿਹਾ ਗਿਆ ਦੀ ਬਿਜ਼ਨਸ ਆਫ ਲਿਵਿੰਗ ਇਜ਼ ਸੋਰੋ ਇਨ ਰੀਅਲ ਸੈਂਸ ਆਫ ਲਿਵਿੰਗ ਟਰੂ ਫਾਲਸ ਹੈ ਬਿਜ਼ਨਸ ਆਫ ਲਿਵਿੰਗ ਇਜ਼ ਸੋਰੋ ਸੋਰੋ ਨਹੀਂ ਇੱਥੇ ਜੋਏ ਹੋਣਾ ਸੀਗਾ ਸਹੀ ਅਰਥਾਂ ਦੇ ਵਿੱਚ ਜਿਹੜਾ ਹੈ ਜਿਉਣ ਦਾ ਅਰਥ ਖੁਸ਼ੀ ਹੈ ਨਾ ਕਿ ਦੁੱਖ ਹੈ ਇਹ ਬਣ ਜਾਏਗਾ ਫਿਰ ਇੱਥੇ ਫਾਲਸ ਠੀਕ ਹੈ ਇਹ ਦੁੱਖ ਕਹਿ ਰਹੇ ਆ ਜਦਕਿ ਆਉਣਾ ਸੀ ਜੋਏ ਖੁਸ਼ੀ ਹੋਣਾ ਸੀ ਇੱਥੇ ਬੇਟਾ ਹਾਂਜੀ ਪੰਜਵਾਂ ਹੈ ਆਪਣੇ ਕੋਲ ਦੀ ਅਦਰ ਨੇਮ ਆਫ ਕਾਲਾ ਪਾਣੀ ਇਜ਼ ਕਾਲਾ ਪਾਣੀ ਦਾ ਅਦਰ ਨੇਮ ਕੀ ਹੈ ਹਾਂਜੀ ਇਹਦਾ ਹੈ ਸੈਲੂਅਰ ਜੇਲ ਠੀਕ ਹੈ ਜੀ ਸੈਲੂਅਰ ਜੇਲ ਕਹਿ ਲਓ ਇਹਨੂੰ ਜਾਂ ਐਂਡ ਡੈਵਲ ਆਈਲੈਂਡ ਡੈਵਲ ਆਈਲੈਂਡ ਠੀਕ ਹੈ ਅਤੇ ਇਹਦੇ ਅਦਰ ਨੇਮ ਹੈ ਨੈਕਸਟ ਚੱਲਦੇ ਹਾਂ ਜੀ ਆਪਾਂ ਸੈਵਨ ਦੇ ਬੀ ਪਾਰਟ 'ਤੇ ਸੈਵਨ ਦੇ ਬੀ ਪਾਰਟ ਦੇ ਵਿੱਚ ਆਪਣੇ ਕੋਲ ਫਸਟ ਹੈ ਜੀ ਇਹਦੇ ਵਿੱਚ ਕਿਹਾ ਗਿਆ ਹੈ ਵਟ ਵਾਜ਼ ਭੋਲੀ ਰੀਅਲ ਨੇਮ ਭੋਲੀ ਦਾ ਅਸਲੀ ਨਾਮ ਕੀ ਸੀਗਾ ਭੋਲੀ ਦਾ ਅਸਲੀ ਨਾਮ ਸੀ ਸੁਲੇਖਾ ਆਪਸ਼ਨ ਨੰਬਰ ਸੀ ਇਸ ਸਵਾਲ ਦਾ ਰਾਈਟ ਆਂਸਰ ਹਾਂਜੀ ਦੂਸਰੇ 'ਤੇ ਚੱਲਦੇ ਹਾਂ ਆਪਣੇ ਕੋਲ ਪੁੱਛਿਆ ਗਿਆ ਹੈ ਦੀ ਨੇਮ ਆਫ ਕਰਮ ਸਿੰਘ ਵਿਲੇਜ ਵਾਜ਼ 30 ਖਾਰਾ ਠੀਕ ਹੈ ਦੱਸਣਾ ਵੀ 30 ਖਾਰਾ ਸੀਗਾ ਇਹ ਸਵਾਲ ਦਾ ਜਿਹੜਾ ਰਾਈਟ ਆਂਸਰ ਹੈ ਜੀ ਆਪਣੇ ਕੋਲ ਉਹ ਹੈ ਟਰੂ ਠੀਕ ਹੈ ਇਹ ਟਰੂ ਹੈ ਥਰਡ ਹੈ ਜੀ ਆਪਣੇ ਕੋਲ ਇਹਦੇ ਵਿੱਚ ਪੁੱਛਿਆ ਗਿਆ ਆਪਣੂੰ ਚੰਦੂ ਇਨ ਦੀ ਬਾਰਬਰ ਟ੍ਰੇਡ ਯੂਨੀਅਨ ਇਜ਼ ਕੀ ਸੀਗਾ ਚੰਦੂ ਬਾਰਬਰ ਟ੍ਰੇਡ ਯੂਨੀਅਨ ਦੇ ਵਿੱਚ ਬਾਰਬਰ ਬੋਆਏ ਦਾ ਹੀ ਰੋਲ ਪਲੇ ਕਰ ਰਿਹਾ ਸੀਗਾ ਇੱਕ ਨਾਈ ਦੀ ਭੂਮਿਕਾ ਹੀ ਅਦਾ ਕਰ ਰਿਹਾ ਸੀ ਇਹਦਾ ਆਪਸ਼ਨ ਨੰਬਰ ਪੀ ਰਾਈਟ ਹੋਏਗਾ ਹਾਂਜੀ ਸਵਾਲ ਨੰਬਰ ਹੈ ਫੋਰਥ ਦੀ ਮੋਸਟ ਡਿਫੀਕਲਟ ਡੇ ਫੋਰ ਦੀ ਸਟੂਡੈਂਟ ਇਨ ਮਿਸ ਬੀਮ ਸਕੂਲ ਵਾਜ਼ ਦੀ ਡੈਫ ਡੇ ਹਾਂਜੀ ਦੱਸਣਾ ਹੈ ਵੀ ਬੋਲਾ ਦਿਨ ਸਭ ਤੋਂ ਔਖਾ ਦਿਨ ਸੀਗਾ ਇਹ ਹੋ ਗਿਆ ਜੀ ਫਾਲਸ ਠੀਕ ਹੈ ਸਭ ਤੋਂ ਔਖਾ ਦਿਨ ਬਲਾਈਂਡ ਡੇ ਸੀਗਾ ਨਾਟ ਡੈਫ ਡੇ ਹਾਂਜੀ ਨੈਕਸਟ ਹੈ ਜੀ ਆਪਣੇ ਕੋਲ ਪੰਜਵਾਂ ਵਟ ਵਾਜ਼ ਹੈਰੀਕਿਊਨ ਵੇਅਰਿੰਗ ਹੈਰੀਕਿਊਨ ਦੇ ਕੀ ਪਾਇਆ ਹੋਇਆ ਸੀਗਾ ਠੀਕ ਹੈ ਹੀ ਵਾਜ਼ ਵੇਅਰਿੰਗ ਇਹਦਾ ਉੱਤਰ ਬਣ ਜਾਏਗਾ ਹੀ ਵਾਜ਼ ਵੇਅਰਿੰਗ ਆ ਸਟਾਰਚਡ ਆ ਸਟਾਰਚਡ ਕੋਟਨ ਸ਼ਰਟ ਵਿਦ ਹਿਜ਼ ਵੇਸਟ ਕੋਟ ਅਨਬਟਨਡ ਠੀਕ ਹੈ ਜੀ ਉਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ 8th ਪਾਰਟ 'ਤੇ ਹਾਂਜੀ 8th ਪਾਰਟ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਰੀਡ ਦੀ ਫੋਲੋਇੰਗ ਲਾਈਨਸ ਐਂਡ ਆਨਸਰ ਦੀ ਕੁਐਸਚਨ ਡੈਟ ਫੋਲੋ ਠੀਕ ਹੈ ਧਿਆਨ ਨਾਲ ਲਾਈਨਾਂ ਨੂੰ ਪੜ੍ਹਨਾ ਅਤੇ ਸਵਾਲਾਂ ਦੇ ਜਵਾਬ ਦੇਣੇ ਹੈ ਆਈ ਐਮ ਦੀ ਬੀਮ ਦੈਟ ਹੋਲਡਸ ਯੂਅਰ ਹਾਊਸ ਦੀ ਬ੍ਰੈਡ ਆਫ ਯੂਅਰ ਟੇਬਲ ਦੀ ਬੈੱਡ ਔਨ ਵਿੱਚ ਯੂ ਲਾਈ ਐਂਡ ਦੀ ਟਿੰਬਰ ਦੈਟ ਬਿਲਡ ਯੂਅਰ ਬੋਟ ਆਈ ਐਮ ਦੀ ਹੈਂਡਲ ਆਫ ਯੂਅਰ ਹੋਮ ਦੀ ਡੋਰ ਆਫ ਯੂਅਰ ਹੋਮਸਟੈਡ ਦੀ ਵੁੱਡ ਆਫ ਯੂਅਰ ਕ੍ਰੇਡਲ ਐਂਡ ਦੀ ਸ਼ੈਲ ਆਫ ਯੂਅਰ ਕੋਫਿਨ ਇਹ ਜਿਹੜੀਆਂ ਲਾਈਨਾਂ ਹੈ ਪ੍ਰੇਅਰ ਆਫ ਵੁੱਡਸ ਪੋਇਮ ਦੇ ਵਿੱਚੋਂ ਹੈ ਪਹਿਲਾ ਜਿਹੜਾ ਸਵਾਲ ਹੈ ਨੇਮ ਦੀ ਪੋਇਮ ਪੋਇਮ ਦਾ ਨਾਮ ਹੀ ਦੱਸਣਾ ਆਪਾਂ ਪੋਇਮ ਦਾ ਨਾਮ ਹੈ ਦੀ ਪ੍ਰੇਅਰ ਆਫ ਵੁੱਡਸ ਹਾਂਜੀ ਦੂਸਰਾ ਸਵਾਲ ਹੈ ਆਪਣੇ ਕੋਲ ਨੇਮ ਦੀ ਪੋਇਟ ਪੋਇਟ ਦਾ ਨਾਮ ਦੱਸਣਾ ਪੋਇਟ ਦਾ ਨਾਮ ਹੈ ਅਨੋਨੀਮਸ
ਅਨੋਨੀਮਸ ਮੀਨਸ ਹੁੰਦਾ ਅਗਿਆਤ, ਹਾਲੇ ਤੱਕ ਇਹ ਪਤਾ ਨਹੀਂ ਲੱਗ ਚੁੱਕਿਆ ਲੱਗਿਆ ਵੀ ਇਹ ਕਿਹਨੇ ਲਿਖੀ ਹੈ, ਠੀਕ ਹੈ ਜੀ, ਅਨੋਨੀਮਸ। ਠੀਕ ਹੈ, ਥਰਡ ਵਨ ਹੈ ਆਪਣੇ ਕੋਲ, ਹੁਣ ਪੁੱਛਿਆ ਗਿਆ ਹੈ ਵਟ ਡਜ ਦੀ ਟਰੀਜ਼ ਟੈਲ ਅਬਾਊਟ ਦੇਅਰ ਇੰਪੋਰਟੈਂਸ ਇਨ ਦੀ ਅਬਵ ਲਾਈਨ। ਠੀਕ ਹੈ, ਕੀ ਦੱਸਦੇ ਆ ਆਪਣੀਆਂ ਮਹੱਤਤਾ ਬਾਰੇ ਦਰਖਤ। ਹਾਂਜੀ, ਕੀ ਦੱਸਦੇ ਆ, ਦੀ ਵੁੱਡ ਆਫ ਦੀ ਟਰੀ, ਦੀ ਵੁੱਡ ਆਫ ਦੀ ਟਰੀਜ਼ ਇਜ਼ ਯੂਜ਼ਡ, ਵਰਤੀ ਜਾਂਦੀ ਹੈ ਟੂ ਮੇਕ, ਕੀ ਬਣਾਉਣ ਲਈ ਵਰਤੀ ਜਾਂਦੀ ਬੇਟਾ, ਬੈੱਡ। ਠੀਕ ਹੈ, ਟੇਬਲ, ਬੋਟ, ਹੈਂਡਲ, ਡੋਰ ਐਂਡ ਕੋਫੀ। ਠੀਕ ਹੈ, ਇਹ ਦਿੱਤੀ ਗਈ ਮਹੱਤਤਾ ਇੰਪੋਰਟੈਂਸ ਦੱਸੀ ਗਈ ਹੈ ਵੀ ਕਿਵੇਂ ਵਰਤੀ ਜਾਂਦੀ ਹੈ ਲੱਕੜ। ਨੈਕਸਟ ਹੈ ਜੀ ਫੋਰਥ, ਵਟ ਡਜ ਦੀ ਲਾਈਨਸ ਦੀ ਵੁੱਡ ਆਫ ਯੂਅਰ ਕ੍ਰੇਡਲ ਐਂਡ ਦੀ ਸ਼ੈਲ ਆਫ ਯੂਅਰ ਕੋਫਿਨ ਕਨਵੇ। ਜਿਹੜੀ ਇਹ ਲਾਈਨ ਹੈ ਵੁੱਡ ਆਫ ਯੂਅਰ ਕ੍ਰੇਡਲ, ਤੁਹਾਡੀ ਝੁੱਲੇ ਦੀ ਲੱਕੜ, ਸ਼ੈਲ ਆਫ ਯੂਅਰ ਕੋਫਿਨ, ਕੋਫਿਨ ਦਾ ਤਾਬੂਤ, ਤਾਬੂਤ ਦਾ ਖੋਲ, ਇਹ ਲਾਈਨ ਕੀ ਦੱਸਦੀ ਹੈ। ਠੀਕ ਹੈ, ਦਿਸ ਲਾਈਨ ਕੀ ਦੱਸਦੀ ਹੈ, ਇਹ ਦੱਸਦੀ ਹੈ ਕਿ ਵੁੱਡ ਇਜ਼ ਯੂਜ਼ਡ ਬਾਏ ਮੈਨ, ਲੱਕੜ ਦੀ ਵਰਤੋਂ ਆਦਮੀ ਦੁਆਰਾ ਕੀਤੀ ਜਾਂਦੀ ਹੈ, ਫਰੋਮ ਬਰਥ ਟੂ ਡੈਥ, ਜਨਮ ਤੋਂ ਲੈ ਕੇ ਮੌਤ ਤੱਕ ਆਦਮੀ ਦੁਆਰਾ ਲੱਕੜ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ, ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਸਾਰੇ ਬੱਚਿਆਂ ਨੂੰ ਪਸੰਦ ਆਇਆ ਹੋਵੇਗਾ। ਵੱਧ ਤੋਂ ਵੱਧ ਇਸ ਸੈਸ਼ਨ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਓ, ਤਾਂ ਜੋ ਤੁਹਾਡੇ ਯਾਰ ਦੋਸਤ ਮਿੱਤਰ ਅੱਜ ਦੀ ਵੀਡੀਓ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਬਹੁਤ ਬਹੁਤ ਧੰਨਵਾਦ।